ਤਾਂ ਦੋਸਤੋ ਮੈਂ ਵੀਡੀਓ ਦੇਖ ਰਿਹਾ ਸੀ ਅਤੇ ਕਿਸੇ ਸੱਜਣ ਨੇ ਵੀਡੀਓ ਪਾਈ ਸੀ ਵੀ 187 ਕਣਕ ਦੇ ਸਿੱਟੇ ਦੇ ਵਿੱਚੋਂ 105 ਦਾਣੇ ਨਿਕਲੇ। ਤਾਂ ਉਹਨੇ ਉਹਦੀ ਕਣਕ ਸੀ 187 ਅਤੇ ਉਹਨੇ 1-2 ਸਿੱਟੇ 3 ਸਿੱਟੇ 4 ਸਿੱਟਿਆਂ 'ਤੇ ਉਹਨੇ ਐਕਸਪੈਰੀਮੈਂਟ ਕੀਤਾ ਅਤੇ ਉਹਨਾਂ ਦੇ ਦਾਣੇ ਗਿਣੇ ਅਤੇ ਕਿਸੇ 'ਚ ਉਹਨੇ 102 ਕੱਢੇ, ਕਿਸੇ 'ਚ ਉਹਨੇ 103, ਕਿਸੇ 'ਚੋਂ 105, ਕਿਸੇ 'ਚੋਂ 100। ਮੈਂ ਹੈਰਾਨ ਰਹਿ ਗਿਆ, ਮੈਂ ਕਿਹਾ ਵੀ ਕਣਕ ਤਾਂ ਆਪਾਂ ਵੀ 187 ਲਾਈ ਹੈ ਅਤੇ ਆਪਾਂ ਵੀ ਗਿਣ ਕੇ ਵੇਖੀਏ ਵਾਕਈ ਇੰਨੇ ਦਾਣੇ ਨਿਕਲਦੇ, ਕਿਉਂਕਿ ਆਮ ਮੈਂ ਦੇਖਿਆ ਕਣਕ 'ਚੋਂ ਜਿਵੇਂ 30-86 ਹੋ ਗਈ, ਇਹਨਾਂ ਦੇ ਲਾ ਲਓ 50-55-60, ਸ਼੍ਰੀ ਰਾਮ 272 ਦੇ ਪਿਛਲੀ ਵਾਰੀ ਗਿਣੇ ਸੀਗੇ 65-70 ਦਾਣੇ ਨਿਕਲਦੇ ਆ। ਅਤੇ ਅੱਜ ਆਪਾਂ 187 ਕਣਕ ਦੇ ਚੰਗਾ ਸਿੱਟਾ ਲਵਾਂਗੇ, ਜਿਵੇਂ ਕਿ ਉਹਨੇ 4-5 ਚੰਗੇ ਸਿੱਟੇ ਲਏ ਸੀ ਉਵੇਂ ਆਪਾਂ ਚੰਗੇ ਸਿੱਟਾ ਲਵਾਂਗੇ, ਉਹਦੇ 'ਚ ਆਪਾਂ ਦਾਣੇ ਗਿਣਦੇ ਹਾਂ ਵੀ ਆਖਿਰਕਾਰ ਸੱਚੀ 100 ਤੋਂ ਪਲੱਸ ਦਾਣੇ ਨਿਕਲਦੇ। ਜੇਕਰ 100 ਤੋਂ ਪਲੱਸ ਦਾਣੇ ਨਿਕਲਦੇ ਤਾਂ ਹੀ ਕਣਕ ਸ਼ਾਇਦ ਝਾੜ ਜ਼ਿਆਦਾ ਦਿੰਦੀ ਹੋਵੇ, ਹੈ ਨਾ। ਅਤੇ ਕਰਦੇ ਹਾਂ ਜੀ ਚੈੱਕ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਨਾਲੇ ਪਤਾ ਲੱਗ ਜੂ ਵੀ ਉਹਦੀ ਗੱਲ ਸੱਚੀ ਆ ਕਿ ਝੂਠੀ। ਤਾਂ ਦੋਸਤੋ ਆਹ ਕਣਕ 'ਤੇ ਆਪਾਂ ਹੁਣ ਸਭ ਤੋਂ ਚੰਗਾ ਸਿੱਟਾ ਲੈਣਾ, ਕਿਉਂਕਿ ਉਹਨੇ ਵੀ ਸਭ ਤੋਂ ਚੰਗੇ ਸਿੱਟੇ ਲਏ ਸੀ। ਆਪਾਂ 187 ਕਣਕ ਦਾ ਸਿੱਟਾ ਲੈਣਾ, ਆਹ ਜੀ 187 ਦਾ ਸਿੱਟਾ ਜੀ, ਆਹ ਲਓ ਜੀ ਸਭ ਤੋਂ ਲੰਮਾ ਸਿੱਟਾ ਜੀ ਆਪਣੀ ਕਣਕ ਦਾ, 1-8 ਉਂਗਲਾਂ ਦਾ ਸਿੱਟਾ ਦੋਸਤੋ, ਇਹ 8 ਉਂਗਲਾਂ ਦਾ ਸਿੱਟਾ। ਚਲੋ ਜੀ ਇਹਨੂੰ ਆਪਾਂ ਹੁਣ ਭੂਰ ਗਏ ਆਪਾਂ, ਹੈ ਨਾ। ਤੇ 83, 85, 83, 84, 85, 86, 87, 87, 88, 89, 90, 60, 62, 62, 62, 62, 70, 70, 70, 80, 81, 82, 83, 84, 85, 86, 87, 88, 89, 90, 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
ਵਿੱਚੋਂ 84 ਦਾਣੇ ਨਿਕਲੇ ਨੇ। ਨਿਕਲੇ ਸਭ ਕਣਕਾਂ ਨਾਲੋਂ ਵੱਧ ਨੇ 187 ਦੇ ਦਾਣੇ, ਪਰ ਦੋਸਤੋ 100 ਮੈਨੂੰ ਤਾਂ ਅਜੇ ਤੱਕ ਮਿਲਿਆ ਨਹੀਂ। ਬਾਕੀ ਦੋਸਤੋ ਤੁਸੀਂ ਕਮੈਂਟਾਂ 'ਚ ਦੱਸੋ ਅਤੇ ਤੁਹਾਡੀ ਕਣਕ ਦੇ ਸਿੱਟੇ ਦੇ ਵਿੱਚੋਂ ਟੋਟਲ ਦਾਣੇ ਕਿੰਨੇ ਨਿਕਲੇ ਨੇ। ਦਾਣੇ ਦੋਸਤੋ ਮੋਟੇ ਨੇ, ਇਹ ਆ 187, ਸਹੀ ਕਣਕ 187, ਇਹ ਆ ਐਡੀ ਮੋਟੀ ਹੁੰਦੀ ਹੈ ਦੋਸਤੋ ਕਣਕ।